हां जी ग्रीस एंबेसीज ओपन हो चुके हैं वीजा स्टार्ट हो चुके हैं मुंबई एंड न्यू दिल्ली ਦੇ ਵਿੱਚ ਤੁਸੀਂ ਅਪਾਇੰਟਮੈਂਟ ਲੈ ਕੇ ਗ੍ਰੀਸ ਐਂਬੈਸੀ VFS گلوبਲ ਤੁਸੀਂ ਜਾ ਸਕਦੇ ਹੋ ਐਂਡ ਵੀਜ਼ਾ ਅਪਲਾਈ ਕਰ ਸਕਦੇ ਹੋ ਬਟ ਪੂਰੀ ਵੀਡੀਓ ਜ਼ਰੂਰ ਦੇਖਿਆ ਜੇ ਕੀ ਹਿਡਨਸ ਟਰਮ ਐਂਡ ਕੰਡੀਸ਼ਨਸ ਨੇ ਸੋ ਪੂਰੀ ਵੀਡੀਓ ਚ ਆਪਾਂ ਗੱਲ ਕਰਾਂਗੇ ਗ੍ਰੀਸ ਵੀਜ਼ਾ ਦੇ ਰਿਗਾਰਡਿੰਗ ਸ਼ੈਂਚੇਨ ਜੋਂ ਦੇ ਵਿੱਚ ਆਂਦਾ ਹੈ ਗ੍ਰੀਸ ਐਂਡ ਪੂਰੀ ਵੀਡੀਓ ਚ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲੇਗੀ ਕਿ VFS گلوبਲ ਕੌਣ ਕੌਣ ਜਾ ਸਕਦਾ ਹੈ ਅਪਾਇੰਟਮੈਂਟ ਕਿਦਾਂ ਲਈਦੀ ਹੈ ਐਂਡ ਕਿਸ-ਕਿਸ ਦਿਨ ਤੁਸੀਂ ਅਵੇਲੇਬਲ ਹੋਗੇ ਇੰਟਰਵਿਊ ਲਈ ਐਂਡ ਫਾਈਲ ਕਿਦਾਂ ਸਬਮਿਟ ਕਰवानी ਹੈ ਸੋ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ हेलो ससी काल आदाव नमस्ते एक बार फिर स्वागत है मिश्रा सिंह चैनल पे एंड जदा की ਤੁਸੀਂ থাম্বਨੇਲ ਦੇਖ ਲਿਆ ਹੈ ਕਿ ਗ੍ਰੀਸ ਐਮਬੈਸੀਜ਼ ਓਪਨ ਹੋ ਚੁੱਕਿਆ ਨੇ ਐਂਡ ਵਿਜ਼ਾ ਫਾਈਲ ਜਿਹੜੀਆਂ ਸਬਮਿਟ ਹੋਣੇ ਸ਼ੁਰੂ ਹੋ ਗਈਆਂ ਕਾਫੀ ਜਿਆਦਾ ਲਾਈਕ ਉਥੇ ਰਸ਼ ਹੋ ਗਿਆ ਸੋ ਤੁਸੀਂ ਵੀ ਆਪਣੀ ਜਲਦੀ ਤੋਂ ਜਲਦੀ ਆਪਣੇ ਫਾਈਲਸ ਪ੍ਰਪੇਅਰ ਕਰਕੇ ਤੁਸੀਂ ਜਾ ਸਕਦੇ ਹੋ ਐਂਡ ਸੋ ਆਪਾਂ ਗੱਲ ਕਰਦੇ ਹਾਂ ਕਿ ਗ੍ਰੀਸ ਵੀਜ਼ਾ ਜਿਹੜੇ ਹੈਗੇ ਆ ਕਿੰਨਾ-ਕਿੰਨਾ ਲਈ ਅਪਡੇਟ ਹੋਇਆ ਕਿੰਨਾ ਲਈ ਨਹੀਂ ਅਪਡੇਟ ਹੋਇਆ ਸੋ ਕੌਣ-ਕੌਣ ਅਪਲਾਈ ਕਰ ਸਕਦਾ ਐਂਡ ਕਿਸ ਦਿਨ ਤੁਸੀਂ ਜਾ ਕੇ ਉਥੇ ਆਪਣੇ ਅਪਾਇੰਟਮੈਂਟ ਲੈ ਸਕਦੇ ਹੋ ਅਪਾਇੰਟਮੈਂਟ ਲੈਣੀ ਕਿਦਾਂ ਸੋ ਹਰ ਇੱਕ ਚੀਜ਼ ਤੁਹਾਨੂੰ ਇਹ ਐਜ਼ ਅ ਪ੍ਰੂਫ ਸੋ ਜਿਹੜੀ ਨਿਊਜ਼ ਆਫੀਸ਼ੀਅਲ ਵੈਬਸਾਈਟ ਤੇ ਆਈ ਹੋਈ ਹੈ ਕਾਫੀ ਟਾਈਮ ਦੀ ਆਈ ਹੋਈ ਹੈ ਬਟ ਟਾਈਮ ਨਹੀਂ ਲੱਗਿਆ ਤੁਹਾਡੇ ਨਾਲ ਸ਼ੇਅਰ ਹੋਨ ਸਕਰੀਨ ਤੇ ਸਕਰੀਨ ਤੇ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਤੁਹਾਨੂੰ ਮੈਂ ਡਿਟੇਲਸ ਦੱਸ ਦਾਂਗਾ ਕਿ ਤੁਸੀਂ ਕਿਦਾਂ ਅਪਲਾਈ ਕਰ ਸਕਦੇ ਹੋ ਐਂਡ ਕੌਣ-ਕੌਣ ਜਾ ਸਕਦਾ ਹੈ ਹਾਂਜੀ ਸੋ ਸਕਰੀਨ ਤੇ ਤੁਸੀਂ ਆ ਚੁੱਕੇ ਹੋ ਐਂਡ ਸੋ ਮੈਸੇਜ ਲਿਖਿਆ ਹੈ ਕਿ VFS ਜਿਹੜਾ ਹੈ ਓਪਨ ਹੋ ਚੁੱਕਿਆ ਨਿਊ ਡੈਲੀ ਐਂਡ ਮੁੰਬਈ ਦੇ ਵਿੱਚ ਐਂਡ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀਆਂ ਹੈਗੀਆਂ ਗ੍ਰੀਸ ਲਈ ਲਈ ਤੁਸੀਂ ਸਬਮਿਟ ਕਰਵਾ ਸਕਦੇ ਹੋ ਬਟ ਕੌਣ ਕੌਣ ਕਰਵਾ ਸਕਦਾ ਉਹ ਮੈਸੇਜ ਦੇ ਤੁਸੀਂ ਲਿਖਿਆ ਹੋਇਆ ਪੜ੍ਹ ਵੀ ਸਕਦੇ ਹੋ ਐਂਡ ਮੈਂ ਤੁਹਾਨੂੰ ਦੱਸ ਵੀ ਦੇਣਾ ਸੋ ਸਟੂਡੈਂਟ ਵੀਜ਼ਾ ਓਨਲੀ ਗੁੱਡ ਨਿਊਜ਼ ਹੈ ਸੋ ਸਟੂਡੈਂਟ ਵੀਜ਼ਾ ਜਿਹੜੇ ਹੈਗੇ ਆ ਤੁਸੀਂ ਅਪਲਾਈ ਕਰ ਸਕਦੇ ਹੋ ਕਿਉਂਕਿ ਉਹਨਾਂ ਨੂੰ ਡੀ ਵੀਜ਼ਾ ਮਿਲਦਾ ਲੌਂਗ ਟਰਮ ਵੀਜ਼ਾ ਮਿਲਦਾ ਸੋ ਸਟੂਡੈਂਟ ਅਪਲਾਈ ਕਰ ਸਕਦਾ ਗ੍ਰੀਸ ਚੈਂਜਿੰਗ ਦੇ ਵਿੱਚ ਸਟੱਡੀ ਲਈ ਐਂਡ ਸੀਮੈਨ ਜਿਹੜੇ ਆਲਰੇਡੀ ਸ਼ਿਪਿੰਗ ਕੰਪਨੀਆਂਜ਼ ਦੇ ਵਿੱਚ ਕੰਮ ਕਰ ਰਹੇ ਐ ਐਂਡ ਇੰਡੀਆ ਸਟਕ ਹੋ ਜਗੇ ਹੋਗੇ ਨੇ ਸੋ ਉਹ ਵੀ ਦੁਬਾਰਾ ਅਪਲਾਈ ਕਰ ਸਕਦੇ ਐ ਐਂਡ ਜਾ ਸਕਦੇ ਐ ਵਾਪਿਸ ਐਂਡ ਸਪਾਊਸ ਹੋ ਗਿਆ ਠੀਕ ਐ ਜੀ ਅਗਰ ਕੋਈ ਤੁਹਾਡਾ ਪਾਰਟਨਰ ਹੈ ਹਸਬੰਡ ਐਂਡ ਵਾਈਫ ਜੋ ਵੀ ਗ੍ਰੀਕ ਗ੍ਰੀਸ ਦੇ ਵਿੱਚ ਹੈਗਾ ਥੈਨ ਤੁਸੀਂ ਉਹਨਾਂ ਦੇ ਥਰੂ ਵੀ ਤੁਸੀਂ ਵਾਪਿਸ ਜਾ ਸਕਦੇ ਹੋ ਐਂਡ ਉਸ ਤੋਂ ਬਾਅਦ ਜਿਹੜੇ ਹੈਗੇ ਐ ਪਰਮਾਨੈਂਟ ਜਿਨ੍ਹਾਂ ਕੋਲ ਪਰਮਾਨੈਂਟ ਰੈਜ਼ਿਡੈਂਸੀ ਹੈਗੀ ਗ੍ਰੀਸ ਦੇ ਵਿੱਚ ਲਾਈਕ ਮੇਰੇ ਕੋਲ ਜਿੱਦਾਂ ਹੈਗੀ ਬਟ ਮੈਂ ਇੰਡੀਆ ਆ ਕੇ ਸਟਕ ਹੋ ਗਿਆ ਸੀ ਸੋ ਤਾਂ ਕਰਕੇ ਫਿਰ ਦੁਬਾਰਾ ਮੇਰਾ ਵੀਜ਼ਾ ਐਕਸਪਾਇਰ ਹੋਣ ਕਰਕੇ ਮੈਨੂੰ ਦੁਬਾਰਾ ਉਹਨਾਂ ਨੇ ਅਪੀਲ ਦਿੱਤੀ ਕਿ ਮੈਂ ਵਾਪਸ ਜਾ ਸਕਦਾ ਸੋ ਉਹ ਵੀ ਤੁਹਾਡੇ ਨਾਲ ਵੀਡੀਓ ਬਹੁਤ ਜਲਦੀ ਸ਼ੇਅਰ ਕਰਾਂਗਾ ਰੀਸੈਂਟਲੀ ਮੈਂ ਨਹੀਂ ਕਰ ਸਕਦਾ ਕਿਉਂਕਿ ਕਾਫੀ ਲਾਈਕ ਕਾਪੀ ਕਰ ਲੈਂਦੇ ਆ ਰੈਜ਼ਨ ਪਰਮਿਟ ਨੂੰ ਐਂਡ ਸੋ ਐਜ਼ ਅ ਫੇਕ ਉਹਨਾਂ ਨੂੰ ਸ਼ੋ ਕਰਦੇ ਆ ਵੀਡੀਓਜ਼ ਦੇ ਵਿੱਚੋਂ ਤਾਂ ਕਰਕੇ ਸੋ ਜਦੋਂ ਮੈਂ ਪਹੁੰਚ ਗਿਆ ਗ੍ਰੀਸ ਵਾਪਿਸ ਤਾਂ ਤੁਹਾਡੇ ਕੋਲ ਨੈਕਸਟ ਵੀਕ ਹੋ ਸਕਦਾ ਹੈ ਕਿ ਵੀਡੀਓਜ਼ ਆਉਣੇ ਸ਼ੁਰੂ ਹੋ ਜਨ ਐਂਡ ਡਿਪਲੋਮੈਟਿਕ ਪਾਸਪੋਰਟ ਵਾਲੇ ਜਿਹੜੇ ਹੈਗੇ ਆ ਮੈਂਬਰ ਡਿਪਲੋਮੈਟਿਕ ਦੇਖ ਕੇ ਨੇ ਉਹ ਵੀ ਸ਼ੇਅਰ ਕਰ ਸਕਦੇ ਆ ਉਹ ਵੀ ਵਾਪਸ ਜਾ ਸਕਦੇ ਆ ਠੀਕ ਹੈ ਜੀ ਦੈਨ ਉਸ ਤੋਂ ਬਾਅਦ ਹੋਰ ਕਿਹੜੇ ਕਿਹੜੇ ਹੈਗੇ ਆ ਦੈਨ ਜਿਨ੍ਹਾਂ ਕੋਲ ਬਲੂ ਬੀਬੀਸੀ ਹੈਗੀ ਆ ਜਾਂ ਬਲੂ ਪੇਪਰ ਹੈਗਾ ਜਿਹੜਾ ਕਿ ਵਰਕ ਪਰਮਿਟ ਐਜ਼ ਅ ਵਰਕ ਪਰਮਿਟ ਕਾਊਂਟ ਹੁੰਦਾ ਹੈ ਉਹ ਇੰਡੀਆ ਆ ਕੇ ਸਟਕ ਹੋ ਗਿਆ ਐਂਡ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਦੈਨ ਉਹ ਵੀ ਆਪਣਾ ਨਵਾਂ ਵੀਜ਼ਾ ਲੈ ਕੇ ਜਾ ਸਕਦੇ ਆ ਸੋ ਇਹ ਤਾਂ ਸੀ ਲੌਂਗ ਟਰਮ ਐਂਡ ਜਿਹੜੇ ਬੱਚੇ ਆਏ ਹੋਏ ਨੇ ਇੰਡੀਆ ਦੇ ਵਿੱਚ ਐਂਡ ਸਟਕ ਹੋ ਗਏ ਉਹ ਵਾਪਿਸ ਜਾ ਸਕਦੇ ਸਿਰਫ ਸੋ ਨਵੀਆਂ ਫਾਈਲਾਂ ਨਹੀਂ ਲੱਗਦੀਆਂ ਭੀ ਇਹ ਨਵੀਆਂ ਫਾਈਲਾਂ ਜੋ ਟਾਈਪ ਸੀ ਵੀਜ਼ਾ ਹੁੰਦਾ ਸ਼ਾਰਟ ਟਰਮ ਵੀਜ਼ਾ ਹੁੰਦਾ ਜਿੰਨੂੰ ਆਪਾਂ ਮਹੀਨੇ ਦਾ 2 ਮਹੀਨੇ ਦਾ 3 ਮਹੀਨੇ ਦਾ 45 ਡੇਸ ਦਾ ਸੋ ਆਪਾਂ ਇੰਨਾ ਹੀ ਕਾਊਂਟ ਕਰ ਸਕਦੇ ਹਾਂ ਸੋ ਕੋਲ ਦੇ ਲਈ ਸੋ ਸਿਰਫ ਐਮਰਜੈਂਸੀ ਕੇਸ ਲਈ ਹੀ ਅਪਲਾਈ ਕਰ ਸਕਦੇ ਹੋ ਲਾਈਕ ਅਗਰ ਕੋਈ ਬਿਜ਼ਨਸ ਦੇ ਹੈਗਾ ਜਾਂ ਕੋਈ ਫੈਮਿਲੀ ਐਮਰਜੈਂਸੀ ਕੇਸ ਹੈਗਾ ਥੈਂ ਤੁਸੀਂ ਆਪਣਾ ਅਪਲਾਈ ਕਰ ਸਕਦੇ ਹੋ ਟਾਈਪ ਸੀ ਵੀਜ਼ਾ ਸ਼ਾਰਟ ਟਰਮ ਲਈ and uh, these services are provided strictly upon appointment every tuesday and thursday from 10 to until uh, 15 like 3:00 baje tak so prime time service jdi hai ki hai 3000 taade lagde hai o hai sa toade biometrics ne 3000 biometric di fee hai ki hai एंड वीज़ा एप्लीकेशन फीस जी है कि ये बत्तर सौ कहत्तर सौ भी रुपये ने मतलब नियर अबाउट बहत्तर सौ रुपये लगा के चलो सो so, उस तो बाद चार्जि होंगे दैन तुम्हें अपॉइंटमेंट कि लैनी है अपॉइंटमेंट लिखा हुआ है कि यू कैन बुक योर अपॉइंटमेंट इन न्यू डेली बाय सेंडिंग एन ईमेल न्यू डेली की ईमेल हैगी है अगर तुम मुंबई प्रैफर करते हो दैन मुंबई दल ईमेल हैपी कर सद सो इन द एंड कैटेगरी केसन जे अपलाई कर सोबारा फिर रिपीट कर देना ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਆ ਸੀ ਮੈਨੇਜਰ ਸ਼ਿਪਿੰਗ ਕੰਪਨੀ ਚ ਐਸ ਪਾਊਸ ਜਾਂ ਚਿਲਡਰਨ ਆਫ ਗ੍ਰੀਕ ਸਪਾਊਸ ਜਿੰਨਾ ਕੋਈ ਵੀ ਹਸਬੰਡ অর ਵਾਈਫ ਵੀ ਗ੍ਰੀਕ ਦੇ ਵਿੱਚ ਹੈਗਾ ਜਾਂ ਕੋਈ ਬੱਚਾ ਬੇਬੀ ਹੈਗਾ ਸੋ ਉਹ ਅਪਲਾਈ ਕਰ ਸਕਦੇ ਆ ਜਿਨ੍ਹਾਂ ਕੋ ਪਰਮਨੈਂਟ ਰੈਜ਼ਿਡੈਂਸੀ ਹੈਗੀ ਹੈ ਉਹ ਦੁਬਾਰਾ ਵਾਪਿਸ ਜਾਣਾ ਚਾਹੁੰਦੇ ਆ ਉਹ ਵੀ ਜਾ ਸਕਦੇ ਆ ਜਿਹੜੇ ਮੈਂਬਰ ਆਫ ਡਿਪਲੋਮੈਟਿਕ ਹੈਗੇ ਆ ਉਹ ਵੀ ਵਾਪਿਸ ਜਾ ਸਕਦੇ ਆ ਮੈਂਬਰ ਆਫ ਇੰਟਰਨੈਸ਼ਨਲ ਐਂਡ ਯੂਰੋਪੀਅਨ ਆਰਗੇਨਾਈਜੇਸ਼ਨਸ ਸੋ ਜਿਹੜੇ ਇੰਟਰਨੈਸ਼ਨਲ ਜਾਂ ਯੂਰੋਪੀਅਨ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਦੇ ਆਪਣੇ ਇੰਡੀਅਨਸ ਐ ਉਹ ਇੰਡੀਆ ਆ ਕੇ ਸਟਕ ਹੋ ਗਏ ਜਾਂ ਵਾਪਿਸ ਜਾਣਾ ਚਾਹੁੰਦੇ ਉਹ ਵੀ ਵਾਪਿਸ ਜਾ ਸਕਦੇ ਐ ਐਂਡ ਜਿਨ੍ਹਾਂ ਕੋਲ ਬਲੂ ਵੀਜ਼ਾ ਹੈਗੀ ਹੈ ਉਹ ਵੀ ਵਾਪਿਸ ਜਾ ਸਕਦੇ ਆਪਣੇ ਐਕਸਪਾਇਰ ਵੀਜ਼ਾ ਨੂੰ ਨਵਾਂ ਵੀਜ਼ਾ ਲੈ ਕੇ ਉੱਥੇ ਜਾ ਕੇ ਰੀਨਿਊ ਕਰਵਾ ਸਕਦੇ ਐ ਸੋ ਇਨ ਦਾ ਐਂਡ ਓਨਲੀ ਐਮਰਜੈਂਸੀ ਕੇਸ ਆਫ ਸ਼ੰਜਨ ਸੀ ਟਾਈਪ ਵੀਜ਼ਾ ਸੋ ਸ਼ੰਜਨ ਸੀ টাইਪ ਵੀਜ਼ਾ ਜਿਹੜਾ ਸਿਰਫ ਉਹਨਾਂ ਲਈ ਹੈ ਐਮਰਜੈਂਸੀ ਕੇਸਿਸ ਦੇ ਵਿੱਚ ਅਗਰ ਕੋਈ ਫੈਮਿਲੀ ਪ੍ਰੋਬਲਮਸ ਹੈ ਗਿਆਨੀਆਂ ਜਾਂ ਬਿਜ਼ਨਸ ਲਈ ਤੁਸੀਂ ਜਾਣਾ ਚਾਹੁੰਦੇ ਹੋ ਸੋ ਇਹ ਅਫੀਸ਼ੀਅਲ ਵੈਬਸਾਈਟ ਤੋਂ ਨਿਊਜ਼ ਹੈਗੀ ਹੈ ਕਾਫੀ ਟਾਈਮ ਦੀ ਆਈ ਹੋਈ ਹੈ ਬਟ ਮੈਂ ਵੀਡੀਓਜ਼ ਤੁਹਾਡੇ ਨਾਲ ਹੁਣ ਸ਼ੇਅਰ ਕੀਤੀ ਹੈ ਸੋ ਅ ਅਗਰ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਚਾਹੀਦੀ ਹੈ ਦਨ ਤੁਸੀਂ ਮੇਲ ਕਰ ਸਕਦੇ ਹੋ ਮੈਨੂੰ ਹਾਂਜੀ ਸੋ ਸਕਰੀਨ ਤੁਸੀਂ ਦੇਖ ਹੀ ਲਈ ਹੈ ਅਫੀਸ਼ੀਅਲ ਵੈਬਸਾਈਟ ਤੇ ਨਿਊਜ਼ ਹੈਗੀ ਹੈ ਤੁਸੀਂ ਉੱਥੇ ਵੀ ਜਾ ਸਕਦੇ ਹੋ ਐਂਡ ਕਿਸੇ ਤਰ੍ਹਾਂ ਜੇ ਕੋਈ ਵੀ ਪ੍ਰੋਬਲਮ ਹੈਗੀ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ ਰਾਈਟ ਕਮੈਂਟ ਨੀਚੇ ਕਰਦੇ ਆ ਜੇ ਤੁਹਾਨੂੰ ਰਿਪਲਾਈ ਜਰੂਰ ਮਿਲਦੇ ਆ ਹਰੇਕ ਟਾਈਮ ਰਿਪਲਾਈ ਮਿਲ ਜਾਂਦਾ ਤੁਹਾਨੂੰ ਸੋ ਜਿਹੜੀ ਜਿਹੜੀ ਵੀ ਕੈਟੇਗਰੀਜ਼ ਹੈਗੀਆਂ ਨੇ ਤੁਹਾਡੇ ਨਾਲ ਸਾਰੀਆਂ ਸ਼ੇਅਰ ਹੋ ਗਿਆ ਗ੍ਰੀਸ ਇੱਕ ਸ਼ੈਂਜਨ ਏਰੀਆ ਦਾ ਪਾਰਟ ਹੈ ਅਗਰ ਤੁਸੀਂ ਗ੍ਰੀਸ ਪਹੁੰਚ ਜਾਂਦੇ ਹੋ ਲੀਗਲ ਵੇ ਨਾਲ ਦੈਨ ਤੁਸੀਂ ਉਥੇ ਅਗਰ ਕੰਟੀਨਿਊਸਲੀ 5 ਸਾਲ ਕੰਮ ਕਰਕੇ 5 ਸਾਲ ਕੰਮ ਕਰਨ ਤੋਂ ਬਾਅਦ ਤੁਹਾਨੂੰ ਇੱਕ ਕਾਰਡ ਮਿਲ ਜਾਂਦਾ ਦਿਸ ਉਹ ਕਾਰਡ ਜਿਹੜਾ ਹੋਊਗਾ ਤੁਹਾਡਾ ਤੁਸੀਂ ਪੂਰੇ ਯੂਰਪ ਦੇ ਵਿੱਚ ਐਲੀਜੀਬਲ ਹੋ ਜਾਂਦੇ ਹੋ ਕੰਮ ਕਰਨ ਦੇ ਕੰਮ ਕਰਨ ਦੇ ਲਈ ਸੋ ਬਹੁਤ ਹੀ ਵਧੀਆ ਆਪਰਚੂਨਿਟੀਆਂ ਹੈਗੀਆਂ ਜਿਹੜੇ ਬੱਚੇ ਆਲਰੇਡੀ ਗ੍ਰੀਸ ਹੈਗੇ ਨੇ ਇਹ ਆ ਜਾਣਾ ਚਾਹੁੰਦੇ ਆ ਕਿਉਂਕਿ ਇੱਕ ਈਜ਼ੀਐਸਟ ਵੇ ਹੈਗਾ ਸਿਰਫ ਗ੍ਰੀਸ ਹੀ ਹੈ ਜਿਹੜਾ ਤੁਹਾਨੂੰ ਲਾਈਕ ਈਜ਼ੀਲੀ ਐਂਟਰੀ ਦੇ ਸਕਦਾ ਹੈ ਜਿਹੜਾ ਅਗਰ ਤੁਸੀਂ ਇਲੀਗਲ ਵੀ ਹੁੰਦੇ ਹੋ ਦੈਨ ਉੱਥੇ ਜਾ ਕੇ ਤੁਸੀਂ ਵਾਈਟ ਕਾਰਡ ਬਣਾ ਲੈਂਦੇ ਹੋ ਵਾਈਟ ਕਾਰਡ ਬਣਾਣ ਤੋਂ ਬਾਅਦ ਤੁਹਾਡੇ ਵੀ ਉੱਥੇ ਇੱਕ ਕਾਰਡ ਇਸ਼ੂ ਹੋ ਜਾਂਦਾ ਰੈਜ਼ਿਡੈਂਸ ਪਰਮਿਟ ਜਿਹੜਾ ਹੋਿੰਦਾ ਉਹ ਵੀ ਇਸ਼ੂ ਹੋ ਸਕਦਾ ਬਰ ਤੁਸੀਂ ਆਪਣੀ ਕੰਟਰੀ ਵਾਪਸ ਨਹੀਂ ਜਾ ਸਕਦੇ ਯੂਰਪ ਦੇ ਵਿੱਚ ਤੁਸੀਂ ਪੂਰਾ ਘੁੰਮ ਸਕਦੇ ਹੋ ਐਂਡ ਯੂਰੋਪੀਅਨ ਲਾਈਫ ਸਟਾਈਲ ਨੂੰ ਇੰਜੋਏ ਕਰ ਸਕਦੇ ਹੋ ਸੋ ਕਿਸੇ ਤਰ੍ਹਾਂ ਦੇ ਵੀ ਕੋਈ ਵੀ ਕੁਐਸ਼ਨਸ ਕੁਰੀ ਹੋਣ ਕਮੈਂਟ ਬਾਕਸ ਦੇ ਵਿੱਚ ਦੱਸ ਦਿਜੇ ਐਂਡ ਤੁਹਾਨੂੰ ਬਿਲਕੁਲ ਸੋਲੂਸ਼ਨ ਮਿਲਦਾ ਰਹੇਗਾ ਸੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਸਸੀ ਕਾਲ ਐਂਡ ਬਹੁਤ ਬਹੁਤ ਧੰਨਵਾਦ ਬਹੁਤ ਜ਼ਿਆਦਾ ਪਿਆਰ ਦੇਣ ਲਈ ਐਂਡ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਗਰ ਵਧੀਆ ਲੱਗੇ ਤਾਂ ਅਗਰ ਕਿਸੇ ਤਰ੍ਹਾਂ ਦੇ ਵੀ ਕੋਈ ਕਮੀ ਹੋਵੇ ਪਲੀਜ਼ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦਿਆ ਕਰੋ ਕਿ ਵੀਰੇ ਜਾਂ ਸਰ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਇਦਾਂ ਦੀ ਕੋਈ ਪ੍ਰੋਬਲਮ ਹੈਗੀ ਤੁਸੀਂ ਇਹਨੂੰ ਲਾਈਕ ਸੋਲਵ ਕਰੋ ਜਾਂ ਸੁਧਾਰੋ ਇਸ ਚੀਜ਼ ਨੂੰ ਬਾਕੀ ਵੌਇਸ ਕੁਆਲਿਟੀ ਐਂਡ ਪਿਕਚਰ ਕੁਆਲਿਟੀ ਜੋ ਵੀ ਤੁਹਾਨੂੰ ਲੱਗਦਾ ਹੈ ਕਿ ਯਾਰ ਪ੍ਰੋਬਲਮ ਹੈਗੀ ਹੈ ਤੁਸੀਂ ਮੇਰੇ ਨਾਲ ਜਰੂਰ ਸ਼ੇਅਰ ਕਰੋ ਠੀਕ ਹੈ ਐਜ਼ ਆ ਵੱਡਾ ਬ੍ਰਦਰ ਐ ਜਾਂ ਛੋਟਾ ਬ੍ਰਦਰ ਜੋ ਵੀ ਤੁਸੀਂ ਲਾਈਕ ਸਮਝਦੇ ਹੋ ਐਂਡ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਵਾਈਗੁ ਜੀ ਕਾ ਖਾਲਸਾ ਵਾਈਗੁ ਜੀ ਕੀ ਫਤਿਹ